ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਬੱਡੀ ਦੀਆਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਕਬੱਡੀ 105 ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਨਾਲ ਹੀ ਬੈੱਲ ਵਾਲੇ ਆਈਕੋਨ ਨੂੰ ਜ਼ਰੂਰ ਦੱਬੋ ਜੀ। ਹਾਂਜੀ ਦੋਸਤੋ, ਆਪ ਸਭ ਦਾ ਸਵਾਗਤ ਹੈ ਆਪ ਦੇ ਆਪਣੇ ਚੈਨਲ ਕਬੱਡੀ 105 ਉੱਤੇ। ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਦੇ ਹਾਂ ਵਰਲਡ ਕਬੱਡੀ ਕੱਪ ਜਿਸ ਦਾ ਅੱਜ ਫਾਈਨਲ ਹੋ ਜਾਵੇਗਾ ਉਸ ਦੀ। ਇਸ ਲਈ ਵੀਡੀਓ ਨੂੰ ਤੁਸੀਂ ਪੂਰੀ ਐਂਡ ਤੱਕ ਦੇਖਦੇ ਰਹੋ ਅਤੇ ਜੇਕਰ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਅੱਗੇ ਸ਼ੇਅਰ ਜ਼ਰੂਰ ਕਰਨਾ। ਦੋਸਤੋ, ਵਰਲਡ ਕਬੱਡੀ ਕੱਪ 1 ਦਸੰਬਰ ਤੋਂ ਸ਼ੁਰੂ ਹੋ ਕੇ 10 ਦਸੰਬਰ 2019 ਤੱਕ ਚੱਲਣਾ ਹੈ ਅਤੇ ਇਸ ਦਾ ਅੱਜ ਫਾਈਨਲ ਹੋਵੇਗਾ। ਇਹ ਵਰਲਡ ਕਬੱਡੀ ਕੱਪ ਪੰਜਾਬ ਸਰਕਾਰ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਯਾਦ ਵਿੱਚ ਕਰਵਾਇਆ ਗਿਆ ਸੀ, ਜੋ ਕਿ ਪੰਜਾਬ ਸਰਕਾਰ ਦਾ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਸੀ ਲੋਕਾਂ ਨੂੰ ਖੇਡਾਂ ਵੱਲ ਜੋੜਨ ਲਈ। ਪਰ ਇਸ ਵਰਲਡ ਕਬੱਡੀ ਕੱਪ ਵਿੱਚ ਲੋਕਾਂ ਦੀ ਇੰਨੀ ਰੁਚੀ ਨਹੀਂ ਬਣ ਸਕੀ ਕਿਉਂਕਿ ਇਸ ਵਾਰ ਪਾਕਿਸਤਾਨ ਦੀ ਟੀਮ ਖੇਡਣ ਨਹੀਂ ਆਈ, ਜਿਸ ਕਰਕੇ ਪਾਕਿਸਤਾਨ ਦੀ ਟੀਮ ਨਾ ਆਉਣ ਕਰਕੇ ਲੋਕ ਇਸ ਵਰਲਡ ਕਬੱਡੀ ਕੱਪ ਨੂੰ ਦੇਖਣ ਬਹੁਤ ਹੀ ਘੱਟ ਜਾ ਰਹੇ ਹਨ ਅਤੇ ਇਸ ਵਰਲਡ ਕਬੱਡੀ ਕੱਪ ਓਨੀ ਖਿੱਚ ਦਾ ਕੇਂਦਰ ਨਹੀਂ ਬਣ ਸਕਿਆ ਜਿੰਨਾ ਇਸ ਨੂੰ ਬਣਨਾ ਚਾਹੀਦਾ ਸੀ। ਫਿਰ ਵੀ ਆਪਾਂ ਗੱਲ ਕਰਦੇ ਹਾਂ ਇਸ ਵਰਲਡ ਕਬੱਡੀ ਕੱਪ ਵਿੱਚ ਅੱਜ ਕੈਨੇਡਾ ਅਤੇ ਭਾਰਤ ਦਾ ਮੁਕਾਬਲਾ ਹੋਵੇਗਾ ਅਤੇ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਇਸ ਵਿੱਚ ਕਿਹੜੀ ਟੀਮ ਜਿੱਤੇਗੀ, ਭਾਰਤ ਜਾਂ ਕੈਨੇਡਾ। ਪਰ ਸਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਭਾਰਤ ਹੀ ਇੱਕ ਮਜ਼ਬੂਤ ਦਾਅਵੇਦਾਰ ਸੀ ਇਸ ਵਰਲਡ ਕਬੱਡੀ ਕੱਪ ਦੀ, ਤਾਂ ਫਿਰ ਭਾਰਤ ਹੀ ਜਿੱਤੇਗੀ ਕਿਉਂਕਿ ਇਸ ਵਾਰ ਪਾਕਿਸਤਾਨ ਦੀ ਟੀਮ ਖੇਡਣ ਲਈ ਨਹੀਂ ਆਈ।